वाहिगुरु जी का खालसा वाहिगुरु जी की फतेह जी। अज बापू तरलोक सिंह जी, बापू तरलोक सिंह जी सन ऑफ तारा सिंह, बापू जी लुधियाने रेलवे स्टेशन के बाहर सानू मिले। बापू जी 13-10-2024 नू सानू फुटपाथ ते पए मिले, पट टुटिया होया सी दो थावां तों बापू दा, उत्थों लैके आए 13-10 नू लैके आए सी, ते अज 9-11-2024 नू बापू अपने घर नू रवाना होण, अपने बच्चियां च अपने परिवार च जाण जोगे हो गए। तरलोक सिंह बापू जी का पट टुटिया होया सी, बापू अपने रिश्तेदारी दे विच मिलन आया सी बटाले गुरदासपुर जिले च, ते बापू का परिवार हुण यूपी रहिंदा सीगा, सीतापुर जिला उत्तर प्रदेश दे विच। बापू जी दे परिवार सुख नाल बहुत वड्डा, बापू जी दे परिवार दे विच पहला 6 भरा ते 1 भैण सी बापू जी दी, ते हुण बापू जी दे अगां 8 बच्चे आ, 8 बच्चियां दे विच बापू दे 6 कुड़ियां ते 2 मुंडे आ। बापू बड़ा वड्डा परिवार आ बापू तरलोक सिंह दा, पर कुछ कर्मां दी सट लगनी, कुछ मार पैनी सी। बापू पंजाब आया होया सी, इत्थे आके ट्रेन दे नाल एक्सीडेंट हो गया बापू दा, पट टुट गया दो थावां तों, ते जेब दे विच जो पैसे सी, मोबाइल सी, पर सब कुछ चोरी हो गया जदों सट लगी। उत्थों चक के लोगों ने सिविल हस्पताल भेजता, सिविल वाले ने देखे इहदे नाल कोई रिश्तेदार नहीं, कोई भैण भरा नहीं, कोई पैसे खर्चने वाला नहीं, ते उह ना कोई इहदे कोल बापू नूं कोई मोबाइल नंबर यार सी किसी दा, ते उन्हां ने भी छुट्टी देती, उन्हां ने भी चक के दुबारा रेलवे स्टेशन ते पहुँचदा करता, ते रेलवे स्टेशन दे उत्ते पिया बापू फुटपाथ ते, ना हिलण जोगा, ना माड़ा जिहा भी चीका मारदा जे हिलदा, पट दो थावां टुट्टिया, हड्डियां एक दूजे दे नाल जदों भिड़दियां चुभदियां, ते पट सुज के फुल के एडा मोटा होया पिया, डबल साइज हो गया उहदा। धन्नवाद उह वीरां दा जिन्हां ने इह उपराला कीता, जिन्हां दे दसण ते सानूं पता लग्गिया बापू जी दी सेवा दा मौका मिलिया सानूं। ਉਹ ਵੀਰ ਉੱਥੋਂ ਦੀ ਨਿਕਲ ਰਿਹਾ ਸੀ ਗੁਰਦੇਵ ਸਿੰਘ, ਅਤੇ ਉਹ ਵੀਰ ਨੇ ਬਾਪੂ ਦੀ ਇਹ ਹਾਲਤ ਦੇਖ ਕੇ ਸਾਨੂੰ ਵੀਡੀਓ ਬਣਾ ਕੇ ਭੇਜੀ, ਸਾਨੂੰ ਫੋਨ ਕਰਕੇ ਦੱਸਿਆ, ਅਤੇ ਬਾਪੂ ਜੀ ਦੀ ਵੀਡੀਓ ਦੇਖ ਕੇ ਅਸੀਂ ਤੁਰੰਤ ਉੱਥੇ ਜਾ ਕੇ ਲੁਧਿਆਣੇ ਰੇਲਵੇ ਸਟੇਸ਼ਨ ਦੇ ਬਾਹਰ ਪਹੁੰਚਦੇ ਹਾਂ। ਬਾਪੂ ਜੀ ਨੂੰ ਬੜੀ ਮੁਸ਼ਕਲ ਨਾਲ, ਬੜੇ ਪਿਆਰ ਨਾਲ ਉੱਥੋਂ ਚੱਕ ਕੇ ਗੱਡੀ 'ਚ ਪਾਉਂਦੇ ਹਾਂ, ਲਿਆ ਕੇ ਹੋਸਪਿਟਲ ਦਾਖਲ ਕਰਦੇ ਹਾਂ, ਨਵਾ ਧਵਾ ਕੇ ਡਾਕਟਰ ਐਕਸਰੇ ਕਰਦੇ ਆ, ਦੇਖਦੇ ਆ ਵੀ ਪੱਟ ਦੋ ਥਾਵਾਂ 'ਤੇ ਟੁੱਟਿਆ ਹੋਇਆ ਬਾਪੂ ਦਾ, ਤਾਂ ਬਾਪੂ ਜੀ ਦੀ ਵੀਡੀਓ ਸ਼ੇਅਰ ਹੁੰਦੀ ਆ ਤਾਂ ਬਾਪੂ ਜੀ ਦਾ ਪਰਿਵਾਰ ਲੱਭ ਜਾਂਦਾ, ਬਾਪੂ ਜੀ ਦਾ ਬੇਟਾ ਅਤੇ ਬਾਪੂ ਜੀ ਦਾ ਇੱਕ ਦੋਹਤਾ ਬਾਪੂ ਜੀ ਨੂੰ ਮਿਲਣ ਆਉਂਦਾ, ਉਹਨਾਂ ਨੇ ਦੱਸਿਆ ਵੀ ਸਾਡਾ ਬਾਪੂ ਗੁੰਮਿਆ, ਇੱਥੇ ਲੱਭਦੇ ਫਿਰਦੇ ਹਾਂ ਅਸੀਂ, ਯੂਪੀ ਤੋਂ ਪੰਜਾਬ ਬਹੁਤ ਗੇੜੇ ਮਾਰ ਲਏ, ਪਤਾ ਨਹੀਂ ਸੀ ਲੱਗ ਰਿਹਾ ਬਾਪੂ ਹੈ ਕਿੱਥੇ ਆ। ਉਹ ਵੀਰ ਕਹਿੰਦੇ ਅਸੀਂ ਇਹਦਾ ਆਪਰੇਸ਼ਨ ਉੱਥੇ ਲਿਜਾ ਕੇ ਕਰਾ ਲਾਂਗੇ, ਪਰ ਬਾਪੂ ਦੀ ਹਾਲਤ ਬਹੁਤ ਮਾੜੀ ਸੀ, ਇੱਥੋਂ ਯੂਪੀ ਤੀਕਰ ਦੁਬਾਰਾ ਜਾਣ ਦੇ ਹਾਲਾਤ 'ਚ ਨਹੀਂ ਸੀਗੇ ਬਾਪੂ ਜੀ, ਤਾਂ ਫਿਰ ਬਾਪੂ ਜੀ ਨੇ ਇੱਥੇ ਆਪਰੇਸ਼ਨ ਕਰਾਇਆ, ਸੰਗਤਾਂ ਵੱਲੋਂ, ਭੈਣਾਂ ਭਰਾਵਾਂ ਵੱਲੋਂ ਸਪੋਰਟ ਕੀਤੀ ਗਈ, ਅਤੇ ਬਾਪੂ ਜੀ ਦੀ ਲੱਤ ਦੇ ਵਿੱਚ ਰੌੜਾਂ ਪਈਆਂ, ਅਤੇ ਬਾਪੂ ਜੀ ਦੇ ਆਪਰੇਸ਼ਨ ਹੋਣ ਤੋਂ ਬਾਅਦ, ਟਾਂਕੇ ਖੁੱਲ੍ਹਣ ਤੋਂ ਬਾਅਦ ਅੱਜ ਬਾਪੂ ਆਪਣੇ ਘਰ ਆਪਣੇ ਬੱਚਿਆਂ ਦੇ ਨਾਲ ਜਾ ਰਿਹਾ। ਬਾਪੂ ਪਰਿਵਾਰ ਦੇ ਵਿੱਚੋਂ ਪਿੱਛੋਂ ਲੋੜਵੰਦ ਸੀ, ਪਰਿਵਾਰ ਦੇ ਵਿੱਚ ਧੀਆਂ ਪੁੱਤ ਤਾਂ ਸੀਗੇ, ਪਰ ਗਰੀਬੀ ਦੇ ਨਾਲ ਲੜਾਈ ਲੜ ਰਹੇ ਆ, ਕਿਰਤ ਕਮਾਈ ਆਪਣੀ ਕਰਕੇ ਰੋਟੀ ਖਾਣ ਵਾਲਾ ਪਰਿਵਾਰ ਸੀ, ਪਰ ਸਾਡਾ ਤਾਂ ਬਾਪੂ ਸੀ, ਸਾਨੂੰ ਤਾਂ ਬਾਬੇ ਨਾਨਕ ਨੇ ਬਾਪੂ ਤਰਲੋਕ ਸਿੰਘ ਦੀ ਸੇਵਾ ਲਾਈ ਸੀ, ਅਤੇ ਬਾਪੂ ਜੀ ਦਾ ਆਪਰੇਸ਼ਨ ਆ ਜਿਹੜਾ ਉਹ ਸੰਗਤ ਦੇ ਸਹਿਯੋਗ ਨਾਲ ਹੋਇਆ। ਤੁਹਾਡੀਆਂ ਦੁਆਵਾਂ, ਅਰਦਾਸਾਂ ਅਤੇ ਅਸੀਸਾਂ ਨੇ ਤਰਲੋਕ ਸਿੰਘ ਨੂੰ ਆਪਣੇ ਪੋਤਿਆਂ 'ਚ, ਪੁੱਤਾਂ ਦੇ ਵਿੱਚ ਬਹਿਣ ਜੋਗਾ ਕਰਤਾ, ਅਤੇ ਕਈ ਵਾਰੀ ਹਾਦਸਾ ਜ਼ਿੰਦਗੀ 'ਚ ਇੱਦਾਂ ਹੁੰਦਾ, ਸਾਨੂੰ ਪਤਾ ਨਹੀਂ ਲੱਗਦਾ ਅਸੀਂ ਕਦੋਂ ਕਿਹੜੇ ਹਾਲਾਤਾਂ 'ਚ ਜਾ ਫਸਦੇ ਹਾਂ। ਤਰਲੋਕ ਸਿੰਘ ਜਦੋਂ ਆਪਣੇ ਘਰੋਂ ਆਇਆ ਸੀ, ਉਹਨੇ ਨਹੀਂ ਸੀ ਸੋਚਿਆ ਵੀ ਮੇਰੇ ਨਾਲ ਇੱਦਾਂ ਦਾ ਕੋਈ ਭਾਣਾ ਬਾਤ ਵਾਪਰੂਗਾ, ਪਰ ਜਿਹੜੀ ਹਾਲਤ 'ਚ ਬਾਪੂ ਤਰਲੋਕ ਸਿੰਘ ਸਾਨੂੰ ਮਿਲਿਆ, ਉਹ ਹਾਲਾਤ ਵੀ ਕਿਸੇ ਨਰਕ ਤੋਂ ਘੱਟ ਨਹੀਂ ਸੀ। ਬਸ ਅਰਦਾਸ ਕਰਿਓ ਤਰਲੋਕ ਸਿੰਘ ਦੇ ਆਉਣ ਵਾਲੇ ਜੀਵਨ ਵਾਸਤੇ, ਉਹ ਆਪਣੇ ਘਰ ਖੁਸ਼ ਰਹੇ, ਚੜ੍ਹਦੀ ਕਲਾ 'ਚ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।